ਬੇੜੇ ਦੀ ਬਲਗਣੋਂ ਤੋੜ ਕੇ ਮੌਕਾ ਬਚਾਉਂਦਿਆਂ ਜੇਲ੍ਹਦਾਰਾਂ ਦੀ ਹਰੀ ਪ੍ਰਕਾਸ਼ ਗਲੀ ਵਿੱਚੋਂ ਲੰਗੇ ਜਾਂਦੇ ਬਿਰਕਾਂ ਦੇ ਪ੍ਰਮੇਂਦਰ ਵੱਲ ਤੱਕ ਦੀ ਕਿਤੇ ਹਲਕਾ ਜਿਹਾ ਮੁਸਕਰਾ ਪਈ ਕਿ ਅਚੰਚੇਤ ਮੋੜ ਤੋਂ ਆਤਮ ਕੇ ਬਾਰੀਆਂ ਦੇ ਤਿਲਕੂਨਾਂ ਟੇਢੀ ਅੱਖੀ ਵੇਖ ਲਿਆ ਇੱਕ ਤਾਂ ਇਸ਼ਕ ਮੁਸ਼ਕ ਲੁਕਾਇਆ ਸੋਹਰੇ ਲੁਕਦੇ ਵੀ ਤਾਂ ਨਹੀਂ ਹਨ ਬਾਰੀਆਂ ਦੇ ਤਿਲਕੂ ਨੂੰ ਜਿੰਮੇ ਕੁਝ ਲੱਭ ਪਿਆ ਹੋਵੇ ਥੋੜਾ ਥੋੜਾ ਖੰਗਦਾ ਅਤੇ ਮੁਸਕਰਾਂਦਾ ਉਹ ਆਇਰਨ ਹਾਲੀ ਆਇਆ ਸੁੱਚਾ ਲੋਹਾਰ ਉਹਦਾ ਜਿਗਰੀ ਯਾਰ ਸੀ ਪਰ ਆਇਰਨ ਹਾਲੀ ਉੱਤੇ ਟੁੱਟ ਮਰੰਮਤ ਕਰਾਉਣ ਅਤੇ ਫਾਲਿਆਂ ਦੀ ਡੰਗੌਣ ਵਾਲੇ ਕਿਸਾਨਾਂ ਦਾ ਇਕੱਠ ਜਿਆ ਸੀ ਉਹ ਪੈਰ ਜਿਹੇ ਮਲਦਾ ਖਲੋ ਗਿਆ ਪੱਖ ਦੇ ਲੋਹੇ ਉੱਤੋਂ ਕਣ ਦੀਆਂ ਸੱਟਾਂ ਥੰਬਦਿਆਂ ਸੁੱਚੇ ਲੋਹਾਰ ਨੇ ਐਵੇਂ ਜਰਾ ਸਾਹ ਲੈਣ ਦੇ ਬਹਾਨੇ ਪੁੱਛਿਆ ਸੁਣਾ ਕਿੱਧਰ ਆਇਆ ਬੈਲੀਆ ਅੱਜ ਤਾਂ ਬੜੇ ਦੰਦ ਨਿਕਲਦੇ ਨੇ ਕੋਈ ਖੁਸ਼ਖਬਰੀ ਮਿਲ ਗਈ ਵਾਯਾ ਪਤਨ ਸਦਾ ਖੁਸ਼ ਰਹਿਨੇ ਆ ਮਿਸਤਰੀ ਸਦਾ ਖੁਸ਼ ਤੇਰੇ ਮੰਗਣ ਤੰਦ ਨੂੰ ਪਿੱਟਦੇ ਸਾਰਾ ਦਿਨ ਪੱਖ ਦੇ ਸੂਹੇ ਲੋਹੇ ਉੱਤੇ ਹਲਕੀ ਜਿਹੀ ਛਾਈ ਦਿਸਣ ਲੱਗੀ ਨਾ ਮੱਖਾਂ ਗੱਲ ਐ ਕੋਈ ਸੁੱਚੇ ਨੇ ਤਾਉਂ ਜਾਂਦਾ ਦੇਖ ਹਾਸੀ ਨੂੰ ਛੱਡਦੇ ਆ ਮਤਲਬ ਦੀ ਗੱਲ ਪੁੱਛੀ ਤੂੰ ਕੰਮ ਕਰ ਹਾਲੇ ਫਿਰ ਕਰਨ ਵਾਲੀ ਐ ਗੱਲ ਵੇਲ ਸਮੇਂ ਆਹੋ ਤਿਲਕੂ ਸਹਨਤ ਜੀ ਸੁੱਟਦਾ ਉੱਥੋਂ ਤੁਰ ਗਿਆ ਦਿਲ ਕੋ ਬਾਰੀਆਂ ਨੇ ਸੁੱਚੇ ਲੋਹਾਰ ਨੂੰ ਭਾਵੇਂ ਤਕੜਾਈ ਨਾਲ ਆਖਿਆ ਸੀ ਕਿ ਗੱਲ ਉਸ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਪਰ ਸੁੱਚੇ ਲੋਹਾਰ ਲਈ ਰਾਮ ਸਿੰਘ ਫੌਜੀ ਤਾਂ ਕੋਈ ਓਪਰਾ ਨਹੀਂ ਸੀ ਬਚਪਨ ਦੇ ਆੜੀ ਇੱਕ ਦੂਜੇ ਦੇ ਭੇਤੀ ਖਾਣ ਪੀਣ ਦੇ ਸਾਂਝੇ ਅਜਿਹੇ ਮਿੱਤਰ ਨੂੰ ਦੱਸ ਦੇਣ ਨਾਲ ਕੀ ਫਰਕ ਪੈ ਚੱਲਿਆ ਹੈ ਜਹੀ ਗੱਲ ਉਹਦੇ ਕੋਲ ਤਹੀ ਆਪਣੇ ਕੋਲ ਤੇ ਸੁੱਚੇ ਲੋਹਾਰ ਨੇ ਇੰਨਾ ਕਹਿੰਦਿਆਂ ਕਿ ਦੇਖੀ ਤੇਰੇ ਕੋਲ ਰਹੇ ਰਾਮ ਸਿੰਘ ਫੌਜੀ ਦੇ ਕੰਨ ਵਿੱਚ ਫੂਕ ਮਾਰ ਹੀ ਦਿੱਤੀ ਰਾਮ ਸਿੰਘ ਫੌਜੀ ਨੂੰ ਜਾਣੋ ਮਸੀਦ ਦੇ ਲੰਗਿਆ ਭਾਵੇਂ ਉਹ ਸੁਹਾ ਦਾ ਡੂੰਗਾ ਤੇ ਗੰਭੀਰ ਸੀ ਪਰ ਇਹ ਮਨੁੱਖ ਦਾ ਮਨ ਹੈ ਇੱਕ ਪਹਾੜ ਦਾ ਭਾਰ ਭਾਵੇਂ ਇਹ ਸੌਖੀ ਤਰ੍ਹਾਂ ਚੱਲ ਲਵੇ ਪਰ ਇੱਕ ਗੱਲ ਦਾ ਭਾਰ ਚੱਲਣਾ ਇਹਦੇ ਲਈ ਕਈ ਵਾਰ ਔਖਾ ਹੋ ਜਾਂਦਾ ਹੈ ਰਾਤੀ ਸੌਣ ਲੱਗਿਆ ਰਾਮ ਸਿੰਘ ਫੌਜੀ ਨੇ ਆਪਣੀ ਬੋਟੀ ਹਰਪਜ ਨੂੰ ਕੋਲ ਇੰਨੀ ਗੱਲ ਕਰ ਹੀ ਦਿੱਤੀ ਕਿਉਂ ਨੇ ਉੱਡ ਦੀ ਉੱਡਦੀ ਕੁਝ ਇਹੋ ਜਿਹੀ ਸ਼ੋਅ ਸੁਣੀ ਹੈ ਤੇ ਨਾਲ ਹੀ ਤਾਕੀਦ ਕਰ ਦਿੱਤੀ ਕਿ ਅੱਗੇ ਕਿਸੇ ਨੂੰ ਕੰਨ ਬਲੇ ਨਹੀਂ ਪਹਿਣੀ ਚਾਹੀਦੀ ਬੋਟੀ ਕੋਲ ਤਾਂ ਇਹੋ ਜੀ ਗੱਲ ਕਰਨ ਦਾ ਕੋਈ ਹਰਜ ਨਹੀਂ ਸੀ ਬੋਟੀ ਤੇ ਗੱਭਰੂ ਵੀ ਜੇ ਆਪੋ ਵਿੱਚ ਇਸ ਤਰ੍ਹਾਂ ਦੀ ਗੱਲ ਨਾ ਕਰ ਸਕਣ ਤਾਂ ਹੋਰ ਕੌਣ ਕਰੇ ਬੋਟੀ ਦੇ ਗੱਭਰੂ ਨਾਲੋਂ ਵੱਧ ਕੇ ਹੋਰ ਕੌਣ ਇੱਕ ਦੂਜੇ ਦਾ ਮਹਿਰਮ ਹੋ ਸਕਦਾ ਹੈ ਸੁਣ ਕੇ ਥੋੜਾ ਬਿਆੰਗ ਨਾਲ ਮੁਸਕਰਾਇਆ ਹਰਪਜ ਨੂੰ ਬੋਲੀ ਦੇਖ ਲੈ ਸਰਦਾਰ ਜੀ ਤੇਰੇ ਪਿੰਡ ਦੀਆਂ ਕੁੜੀਆਂ ਤੇ ਜੇ ਕਿਸੇ ਨੂੰ ਕੋਲੋਂ ਮਾੜੀ ਜਿੰਨੀ ਖੁਨਾਮੀ ਹੋ ਜਾਵੇ ਤਾਂ ਉਹਦੇ ਪੇਕਿਆਂ ਤੱਕ ਜਾ ਕੇ ਖਾਖਾ ਪੋਟਾਏ ਸਾਰੇ ਪਰ ਫੌਜੀ ਨੇ ਇੱਕ ਨਿੱਕੀ ਜਿਹੀ ਤਿਉੜੀ ਪਾ ਕੇ ਮਿੱਠਾ ਜਿਹਾ ਘੂਰਿਆ ਦੇਖ ਭਜਨੋ ਮੈਤੋਂ ਬੁਰਾ ਕੋਈ ਨਹੀਂ ਜੇ ਅੱਗੇ ਗੱਲ ਗਈ ਏ ਸਾਨੂੰ ਕੀ ਜੀ ਬੋਟੀ ਨੇ ਨੁਹਾਰ ਕੀਤਾ ਕੋਈ ਅੱਗ ਖਾਵੇ ਅੰਗਿਆਰ ਬਸ ਮੈਂ ਤੈਨੂੰ ਕਹਿ ਦਿੰਦਾ ਖਬਰਦਾਰ ਫੌਜੀ ਥੋੜਾ ਜਿਹਾ ਹੋਰ ਤਣ ਗਿਆ ਨਾ ਵੀਰ ਦੀ ਸੋਹ ਮੈਂ ਤਾਂ ਹੱਸਦੀ ਆ ਮੈਨੂੰ ਕੀ ਲੋੜ ਭਜਨੋਂ ਨੇ ਸੱਚੋ ਹੀ ਆਖ ਦਿੱਤਾ ਪਰ ਸਾਰੀ ਰਾਤ ਭਜਨੋਂ ਦੇ ਦਿਲ ਵਿੱਚ ਇੱਕ ਲੂਣ ਜਹੀ ਲੱਗੀ ਰਹੀ ਇਹੋ ਜਹੀ ਗੱਲ ਕਰਨ ਵਿੱਚ ਇੱਕ ਤਰ੍ਹਾਂ ਦਾ ਆਨੰਦ ਵੀ ਤਾਂ ਮਿਲਦਾ ਹੈ ਦੂਜੇ ਦਿਨ ਪੱਠੇ ਲੈਣ ਚੱਲੇ ਚਵਾਰੇ ਵਾਲਿਆਂ ਦੇ ਵੰਤੂ ਨੂੰ ਗੋਤਾਵਾ ਕਰਦੀ ਭਜਨੋਂ ਨੇ ਬਾਜ ਮਾਰ ਕੇ ਬੇੜੇ ਵਿੱਚ ਸੱਦ ਲਿਆ ਖੁੱਲੇ ਸੁਆਦੀ ਹੋਣ ਕਾਰਨ ਦਿਉਰਾਂ ਜੇਠਾ ਨਾਲ ਇਹੋ ਜੀਆਂ ਗੱਲਾਂ ਉਹ ਖੁੱਲੀਆਂ ਕਰ ਲੈਂਦੀ ਸੀ ਪਤਲੇ ਪਤਲੇ ਬੁੱਲਾਂ 'ਚੋਂ ਮੁਸਕਰਾਂਦੀ ਭਜਨੋਂ ਅੱਖਾਂ ਵਿੱਚ ਇੱਲਤ ਭਰ ਕੇ ਤੱਕਣ ਲੱਗੀ ਹਾਂ ਕੀ ਕਹਿੰਨੀ ਆ ਭਾਬੀ ਅੰਦਰ ਵੜਦਿਆਂ ਮਨ ਵਿੱਚ ਗੁੱਦਗਦਾਦਾ ਬੰਤੂ ਬੋਲਿਆ ਉਹਨੂੰ ਜਾਪਿਆ ਜਿਵੇਂ ਅੱਜ ਦਾ ਭਾਬੀ ਵਿਦਿਆਲ ਹੋਈ ਪਈ ਐ ਖੁਰਲੀ ਕੋਲ ਉਹ ਕਿੱਲੇ ਉੱਤੇ ਪੈਰ ਧਰਦਾ ਭਜਨੋਂ ਉੱਤੇ ਨੂੰ ਥੋੜਾ ਉਲਰ ਕੇ ਖਲੋ ਗਿਆ ਬੇਬੱਕਰਿਆ ਥੋੜਾ ਪਰਾਂ ਹੋ ਗਏ ਖਲੋ ਹੁਣੇ ਭਾਵੇਂ ਤੇਰਾ ਭਾਈ ਆ ਜਾਵੇ ਉਤੋਂ ਝੂਠ ਮੂੜ ਦੇ ਗੁੱਸੇ ਨਾਲ ਭਜਨੋਂ ਬੋਲੀ ਪਰਬੰਤੂ ਨੇ ਇਸ ਗੱਲ ਨੂੰ ਗੋਲਿਆ ਹੀ ਨਾ ਤੇ ਸੱਗੋ ਪੋਲਾ ਜਿਹਾ ਹੱਥ ਭਜਨੋ ਦੇ ਮੋਢੇ ਉੱਤੇ ਰੱਖਦਾ ਬੋਲਿਆ ਅੱਜ ਤਾਂ ਦੀਦਾ ਭਾਬੀ ਜਾਣੋ ਮੂੰਹ ਮਿੱਠਾ ਕਰਾਏਗੀ ਭਜਨੋ ਪਾਰੇ ਵਾਂਗ ਥਰ ਕੁੱਠੀ ਚੱਲ ਵੇ ਲੱਗਿਆ ਲਾਲਾ ਛੱਡਣ ਦੇਖ ਲੈ ਜਾਣਦਾ ਰਿਹਾ ਜੇ ਅੱਗੇ ਵਧਿਆ ਮੇਰੇ ਕੋਲ ਵੀ ਸੰਨੀ ਦਾ ਲਿਬੜਿਆ ਹੱਥ ਹੈ ਇਹਨਾਂ ਗੱਲਾਂ ਖਾਤਰ ਤਾਂ ਨਹੀਂ ਸੱਦਿਆ ਮੈਂ ਤੈਨੂੰ ਬੰਤੂ ਕੰਬ ਕੇ ਥੋੜਾ ਪਿੱਛੇ ਹਟ ਗਿਆ ਤੇ ਸਿਰੋਂ ਪੈਰਾਂ ਤੱਕ ਕੱਚਾ ਹੋ ਗਿਆ ਕੰਨੁੱਤੇ ਖਾਜ ਹੀ ਕਰਨ ਲੱਗਾ ਧਰਤੀ ਉਹਦੇ ਪੈਰਾਂ ਹੇਠ ਤੇਜ਼ ਤੇਜ਼ ਘੁੰਮ ਰਹੀ ਸੀ ਭਜਨੋ ਨੂੰ ਉਹਦੀ ਹਾਲਤ ਉੱਤੇ ਤਰਸ ਆ ਗਿਆ ਮੈਂ ਤਾਂ ਸੋਚਿਆ ਲੈ ਬੰਤੇ ਨੂੰ ਇੱਕ ਗੱਲ ਦੱਸੂਗੀ ਧਰਤੀ ਹੌਲੀ ਹੌਲੀ ਹੁੰਦੀ ਬੰਤੂ ਦੇ ਪੈਰਾਂ ਵਿੱਚ ਡੋਲ ਟੇਕ ਕੇ ਖੜੋ ਗਈ ਭਾਬੀ ਪੂਰੀ ਤਰ੍ਹਾਂ ਗੁੱਸੇ ਨਾਲ ਸੀ ਹੋਈ ਤੂੰ ਭਾਬੀ ਗੱਲ ਦੱਸ ਹੁਣ ਤਾਂ ਮਾਫੀ ਦੇ ਅੱਗੇ ਨਹੀਂ ਕਰਦਾ ਐਕਣ ਜਾਵੇ ਜਾ ਲੁੱਚਿਆ ਹੁਣ ਨਹੀਂ ਬੋਲਣਾ ਤੇਰੇ ਨਾਲ ਬਾਈ ਮਿੰਨਤ ਨਾਲ ਭਾਬੀ ਲੈ ਹਾਥ ਬੰਨ ਦੇ ਨਾ ਨਾ ਹੋਣੀ ਦੱਸਣੀ ਤੈਨੂੰ ਨਾ ਭਾਬੀ ਹਾੜੇ ਹਾੜੇ ਤੇਰਾ ਕੀ ਵੇ ਹੋਛੇ ਦਾ ਭਾਵੇਂ ਸਾਰੇ ਪਿੰਡ ਵਿੱਚ ਖਡਾਉਂਦਾ ਫਿਰੇ ਬੰਤੂ ਦੇ ਦਿਲ ਵਿੱਚ ਅਚਮੀ ਲੱਗ ਗਈ ਬਈ ਭਾਬੀ ਹੁਣ ਮੈਂ ਤੈਨੂੰ ਕਿਵੇਂ ਯਕੀਨ ਦਵਾਮਾਂ ਭਜਨੋਂ ਝੂਠੇ ਨਹੋਰੇ ਨੂੰ ਬਹੁਤਾ ਚਿਰ ਨਾ ਰੱਖ ਸਕੀ ਮਸਤ ਹੋ ਕੇ ਸਿਰ ਹਿਲਾਉਂਦੀ ਬੋਲੀ ਪਹਿਲਾਂ ਸੌਂ ਖਾਵੇ ਮੇਰੀ ਕਿਸੇ ਕੋਲ ਗਾਂ ਤਾਂ ਨਹੀਂ ਕਰੇਗਾ ਉਹਦੇ ਕੰਨਾਂ ਦੀਆਂ ਵਾਲੀਆਂ ਨਿੱਕਾ ਨਿੱਕਾ ਹਿੱਲਣ ਲੱਗੀਆਂ ਉਤਸ਼ੁਕਤਾ ਨਾਲ ਬੰਤੂ ਦਾ ਦਿਲ ਤੱਕ-ਤੱਕ ਕਰਨ ਲੱਗਾ ਵੇ ਭਾਬੀ ਤੇਰੀ ਸੌਂ ਮੈਂ ਐਡਾ ਹੀ ਮਰ ਜਾ ਜੇ ਕਿਸੇ ਕੋਲ ਸਾਹ ਵੀ ਕੱਢਾਂ ਹਾਏ ਹਾਏ ਵੇ ਚੰਦਰੀਆ ਦਫੇ ਹੋਣਿਆ ਕਿਹੋ ਜੀਆਂ ਗੱਲਾਂ ਕਰਦਾ ਪਿਆਰ ਦੀ ਚਲਕ ਨਾਲ ਭਜਨੋ ਬੋਲੀ ਤੇ ਫਿਰ ਮੁਸਕਰੌਣੀਆਂ ਵਿੱਚ ਮਹਿਕਤੀ ਤੇ ਬੁੱਲ ਮਰੋੜ ਦੀ ਭਾਬੀ ਨੇ ਸੁਣੀ ਸੁਣਾਈ ਗੱਲ ਦਿਓੜ ਦੇ ਕੰਨ ਵਿੱਚ ਚੋ ਦਿੱਤੀ ਘਰ ਨੀਰੇ ਦੀ ਰੋਟੀ ਸੁੱਟ ਕੇ ਚੌਲਾ ਚੌਲਾ ਤੁਰਦਾ ਬੰਤੂ ਚਾਚੀ ਕਿਰਪਾਲੂ ਦੇ ਘਰ ਪੁੱਜਿਆ ਚਾਚੀ ਕਿਰਪਾਲੂ ਐਵੇਂ ਇੱਕ ਥਮ ਵੱਡਾ ਹੋਣ ਕਰਕੇ ਸਾਰਿਆਂ ਦੀ ਚਾਚੀ ਲੱਗਦੀ ਸੀ ਪਰ ਚਾਚੀ ਬਣ ਕੇ ਉਹ ਕਿਸੇ ਦਾ ਵੀ ਨਹੀਂ ਸੀ ਰਹਦੀ ਉਹਦਾ ਬੜਾ ਜੀ ਕਰਦਾ ਪਰ ਉਹਦੀ ਬਾਹਰ ਨਹੀਂ ਸੀ ਚੱਲਦੀ ਇਸ ਲਈ ਉਹ ਸਾਰੇ ਮੁੰਡਿਆਂ ਖੁੰਡਿਆਂ ਨਾਲ ਹਰ ਤਰ੍ਹਾਂ ਦੀਆਂ ਗੱਲਾਂ ਨਿਚੱਕ ਕਰਦੀ ਤੇ ਹਾਸਤ ਉਸ ਲੈਂਦੀ ਸੀ ਪੱਚੀਆਂ ਬਰਿਆਂ ਦੀ ਬੁਲਬੁਲ ਵਰਗੀ ਜੱਟੀ ਪੰਜਾਬ ਬਰਿਆਂ ਦੇ ਟੋਡਰ ਕਾਂ ਨਾਲ ਪਿੰਜਰੇ ਵਿੱਚ ਬੰਦ ਕੀਤੀ ਪਈ ਸੀ ਚਾਚਾ ਬ੍ਰਿਆਮਾ ਬੁੱਢਾ ਹੋਣ ਤੋਂ ਬਿਨਾ ਸਿਰੇ ਦਾ ਫੀਮੀ ਪੋਸਤੀ ਵੀ ਸੀ ਹੋਰ ਤਾਂ ਹੋਰ ਅਫੀਮ ਦੀ ਪੀਨਕ ਵਿੱਚੋਂ ਜਾਗ ਦਾ ਸੌ ਕੋਰੀਆਂ ਦਾ ਕੋਰੀ ਚਾਚਾ ਜਦ ਨੱਕ ਵਿੱਚ ਬੋਲ ਕੇ ਆਪਣੀ ਕਿਰਪਾਲੂ ਨੂੰ ਆਵਾਜ਼ ਮਾਰਦਾ ਤਾਂ ਚਾਚੀ ਵਿਚਾਰੇ ਨੂੰ ਤੜ ਤੁੜੀ ਆ ਜਾਂਦੀ ਜ਼ਿੰਦਗੀ ਦੇ ਜ਼ਹਿਰ ਨਾਲ ਦਿਲੋਂ ਭਾਵੇਂ ਚਾਚੀ ਫੂਕ ਰਹਿ ਗਈ ਸੀ ਪਰ ਫੁਕੇ ਦਿਲ ਨਾਲ ਵੀ ਤਾਂ ਕਈ ਵਾਰ ਜਿਉਣਾ ਹੀ ਪੈਂਦਾ ਹੈ ਸਾਹਮਣੇ ਫਾਟਕ ਦੀ ਝੂਲ ਚੀਕੀ ਤਾ ਵੇੜੇ ਵਿੱਚ ਇਕੱਲੀ ਕਪਾ ਬੇਲ ਦੀ ਚਾਚੀ ਨੇ ਵੇਖਿਆ ਕਿਸ਼ਨੇ ਨੇ ਬਲਿਆਣੇ ਦਾ ਬੰਤੂ ਕਾਲੀ ਗਾਨੀ ਦੀ ਤਵੀਤੀ ਉੱਤੇ ਨਿਮਮ ਨਿਮਮ ਮੁਸਕਰਾ ਆ ਰਿਹਾ ਹੈ ਐਵੇਂ ਬੰਤਿਆ ਤੂੰ ਤਾਂ ਈਦ ਦਾ ਹੀ ਚੰਦ ਬਣ ਗਿਆ ਦੋ ਜੋਕੀਆ ਅੱਖ ਚ ਪਾਉਣ ਨੂੰ ਨਹੀਂ ਮਿਲਦਾ ਕਿਤੇ ਅੱਜ ਤਾਂ ਡੁੱਲ ਡੁੱਲ ਜਾਂਨੇ ਵੇ ਕੁਸ ਲੱਤ ਗਿਆ ਕਿ ਤੂੰ ਬਈ ਚਾਚੀ ਬਈ ਗੱਲ ਇੱਕ ਹੈ ਪਰ ਗਾਂ ਕਰਨ ਵਾਲੀ ਨਹੀਂ ਚੱਟ ਬੇਲ ਨਾਲ ਥੰਮ ਕੇ ਚਾਚੀ ਬੋਲੀ ਅੱਗੇ ਤੇਰੀਆਂ ਕਿਹੜੀਆਂ ਕੀਤੀਆਂ ਵੇ ਗਾਂ ਤੇ ਫਿਰ ਉਹ ਅਸਲ ਨਾਲੋਂ ਹੋਲੀ ਆਵਾਜ਼ ਬਣਾਉਣ ਦੀ ਬੋਲੀ ਬੜੀਆਂ-ਬੜੀਆਂ ਗੱਲਾਂ ਪਚਾਈਆਂ ਅਸੀਂ ਸੋਹਣਿਆ ਮੇਰੇ ਵਰਗਾ ਹਾਜਮਾ ਕਿਦੇ ਹੋਣਾ ਬਰੂਧ ਮੰਗਣ ਪਰ ਹੀ ਪਈ ਐਹ ਇੱਕ ਮੇਰੀ ਕਹਿੰਦੇ ਆ ਠੰਡਾ ਜਿਹਾ ਸਾਹ ਪਾਰ ਕੇ ਚਾਚੀ ਚੁੱਪ ਹੋ ਗਈ ਇੱਕ ਪਲ ਰੋਕ ਕੇ ਬੰਤਾ ਬੋਲਿਆ ਸੱਚ ਚਾਚਾ ਕਿੱਥੇ ਐ ਹੁਣ ਗਿਆ ਬਾਰ ਨੂੰ ਡੋਡੇ ਪੀ ਕੇ ਬਈ ਚਾਚੀ ਬਈ ਹੋਰ ਤਾਂ ਕੁਛ ਨਹੀਂ ਬਈ ਕਹੀ ਗੱਲ ਦੂਰ ਤੱਕ ਚਲੀ ਜਾਂਦੀ ਐ ਲੈ ਤੂੰ ਨਾ ਦੱਸ ਦੇਵੇਂ ਰਾਖ ਆਪਣੇ ਕੋਲ ਤੇ ਹਰਖ ਨਾਲ ਕਾਲੀ ਕਾਲੀ ਚਾਚੀ ਦਾ ਬੇਲਣਾ ਚੀਕੂ ਜੀਕੂ ਕਰਨ ਲੱਗਾ ਨਹੀਂ ਚਾਚੀ ਬੰਤੂ ਨੇ ਚਾਚੀ ਦਾ ਹੱਥ ਰੋਕਦਿਆਂ ਕਿਹਾ ਮੈਂ ਤਾਂ ਇਹ ਹੀ ਕਹਿਣਾ ਭਾਈ ਜਿੰਨਾ ਕਿਸੇ ਦਾ ਪਰਦਾ ਬਣਿਆ ਰਹੇ ਉਨਾ ਚੰਗਾ ਦੇਖ ਚਾਚੀ ਨੇ ਗਰਦਨ ਉੱਤੇ ਉਂਗਲੀ ਫੇਰਦਿਆਂ ਆਖਿਆ ਆ ਸਿਰ ਭਾਵੇਂ ਚੱਲਿਆ ਜਾਵੇ ਪਰ ਸਿੱਧਕ ਨਾ ਜਾਵੇ ਅਸੀਂ ਤਾਂ ਬਸ ਇਹੋ ਜਾਣਦੇ ਹਾਂ ਸਾਡੇ ਸਿਰ ਤੇ ਮੱਲਾ ਭਾਵੇਂ ਖੂਪ ਉੱਟ ਮਜਾਲ ਹੈ ਦੂਜੇ ਕੰਨ ਖਬਰ ਵੀ ਹੋਵੇ ਚਾਚੀ ਨੇ ਦਿਲਾਂ ਦੀ ਮਹਿਰਮ ਬਣ ਕੇ ਆਖਿਆ ਕਾਸ਼ ਨਹੀਂ ਦੁਪੱਟੇ ਹੇਠ ਉਹਦੀਆਂ ਅੱਖਾਂ ਦੇ ਸਰਬਤੀ ਡੋਰੇ ਹੋਰ ਗੂੜੇ ਹੋ ਗਏ ਤੇ ਬਦਾਮੀ ਠੋਡੀ ਉੱਤੇ ਖੁਣਿਆਂ ਗੂੜਾ ਨੀਲਾ ਤਿਲ ਹੋਰ ਪਿਆਰਾ ਦਿਸਣ ਲੱਗਾ ਨਹੀਂ ਚਾਚੀ ਜੇ ਤੂੰ ਸਮਝੀਂ ਉਹ ਗੱਲ ਨਹੀਂ ਤਾਂ ਫਿਰ ਕਿਹੜੀ ਐ ਵੇ ਦੱਸਣਾ ਕਿਉਂ ਨਹੀਂ ਗੱਡ ਹੋਣਾ ਛਿਕਲੀ ਦੇਹੀ ਬੈਠੀ ਮੂੰਹ ਨੂੰ ਲੈ ਖੋਲ ਦੇਣਾ ਛਿਕਲੀ ਤੇ ਫਿਰ ਜਿਹੜੀ ਵੀ ਗੱਲ ਸੀ ਬੰਤੂ ਨੇ ਥੋੜਾ ਥੋੜਾ ਹੱਸ ਦਿਆਂ ਤੇਰਾ ਸਲੈਂਦਿਆਂ ਸਾਰੀ ਦੀ ਸਾਰੀ ਚਾਚੀ ਨੂੰ ਦੱਸ ਦਿੱਤੀ ਚਾਚੀ ਭਾਵੇਂ ਸਾਰੀ ਗੱਲ ਵਿੱਚ ਮਿੱਠਾ ਮਿੱਠਾ ਉੰਗਾਰਾ ਪਰਦੀ ਰਹੀ ਸੀ ਪਰ ਜਦ ਬੰਤੂ ਜਾਣ ਲੱਗਿਆ ਤਾਂ ਈਰਖਾ ਤੇ ਅਚੇਤ ਭਾਵ ਨਾਲ ਥੋੜਾ ਚੱਬ ਕੇ ਕਹਿਣ ਲੱਗੀ ਦੇਖ ਲੈ بڑے ਘਰਾਂ ਦੀਆਂ ਗੱਲਾਂ ਬਾਪ ਜੈਲਦਾਰ ਕਹੋਂਦਾ 30 ਇਹ ਚੱਜ ਕਰਦੀ ਐ ਬਸ ਬਸ ਦੇਖ ਚਾਚੀ ਗੱਲ ਇੱਥੇ ਹੀ ਰੱਖੀ ਗਾ ਨਹੀਂ ਬੋਲਣਾ ਆਪਾਂ ਬੂਹੇ ਉੱਤੇ ਮੁੜ ਕੇ ਤੱਕਦੇ ਆ ਬੰਤੂ ਨੇ ਉਂਗਲੀ ਮਾਰੀ ਨਾ ਐ ਤਾਂ ਵਿਚentro ਐਨੀ ਮੈਂ ਕੱਚੀ ਚਾਚੀ ਰਹਾਮੀ ਓਟੀ ਬੰਤੂ ਚਲਿਆ ਗਿਆ ਪਰ ਚਾਚੀ ਦੇ ਦਿਲ ਵਿੱਚ ਤੁਖ ਤੁਕੀ ਲੱਗ ਗਈ ਕਿੰਨੀ ਵਾਰ ਉਹ ਖਿਆਲ ਵਿੱਚ ਆਪਣੇ ਆਪ ਨਾਲ ਮੁਸਕਰਾਈ ਚਾਚੀ ਦਾ ਘਰ ਕੀ ਸੀ ਕਬੂਤਰਖਾਨਾ ਸੀ ਚਾਚਾ ਤਾਂ ਡੋਡਿਆਂ ਦੀ ਚਾਹ ਨਾਲ ਫੀਮ ਦਾ ਮਾਵਾ ਚਾੜ ਕੇ ਬਾਰ ਚੌਂਤਰੀ ਉੱਤੇ ਜਾ ਕੇ ਉੰਗਣ ਲੱਗ ਜਾਂਦਾ ਤੇ ਪਿੱਛੇ ਕੋਈ ਨਾ ਕੋਈ ਕਬੂਤਰ ਉੱਡ ਕੇ ਚਾਚੀ ਕੋਲ ਬੇੜੇ ਵਿੱਚ ਆ ਜਾਂਦਾ ਦੋ ਪਲ ਗੁਟਕਦਾ ਦਿਲ ਦੀਆਂ ਗੱਲਾਂ ਕਰਦਾ ਤੇ ਫਿਰ ਹੌਲਾ ਫੁੱਲ ਹੋ ਕੇ ਉਡਾਰੀ ਮਾਰ ਜਾਂਦਾ ਪਤਾ ਨਹੀਂ ਚਾਚੀ ਵਿੱਚ ਕਿਹੜੀ ਖਿੱਚ ਸੀ ਕਿ ਕਿ ਦਮੜੀ ਦਾ ਸੱਕ ਮਲ ਕੇ ਪਿੰਡ ਦੇ ਸਾਰੇ ਤਵੀਤੀਆਂ ਵਾਲੇ ਉਹਨੇ ਮੋਲਹੈਸਨ ਦੀਵੇ ਦੀ ਲਾਟ ਉੱਤੇ ਜਿਹੇ ਡੰਬਟ ਡਿਗ ਡਿਗ ਪੈਂਦੇ ਸਨ ਸਾਰੇ ਗੰਬੀਰਟ ਮਰ ਜਾਂਦੇ ਜਦੋਂ ਬੋਲਦੀ ਜਾਨ ਕੱਢ ਲੈਂਦੀ ਚਾਚੀ ਨੇ ਲੱਖ ਜਤਨ ਕੀਤਾ ਕਿ ਗੱਲ ਨੂੰ ਢਿੱਡ ਬਾਹਰ ਨਾ ਕੱਢੇ ਪਰ ਉਹਨੂੰ ਜਪਦਾ ਜਿਵੇਂ ਪੋਟਲੀ ਚ ਬੰਨੀ ਹੋਈ ਵਾਸ਼ਨਾ ਗੁੱਠਾਂ ਕੋਣਿਆਂ ਵਿੱਚ ਆਪੇ ਬਾਹਰ ਨਿਕਲ ਜਾਂਦੀ ਹੈ ਇਸ ਖੋਸਨ ਦੇ ਭੇਤ ਇੱਕ ਮਿੱਠੀ ਜਿਹੀ ਵਾਸ਼ਨਾ ਹੀ ਤਾਂ ਹੁੰਦੇ ਹਨ ਤੇ ਵਾਸ਼ਨਾ ਚਾਚੀ ਕੋਲੋਂ ਖਿਲਰ ਹੀ ਗਈ ਤੇ ਖਿਲਰੀ ਵੀ ਏਕਣ ਜਿਵੇਂ ਦੀਵੇ ਨਾਲ ਦੀਵਾ ਲੱਗਦਾ ਹੋਵੇ ਅੰਦਰੇ ਅੰਦਰ ਪਿੰਡ ਦੇ ਹਰ ਤਰ੍ਹਾਂ ਦੇ ਲੋਕਾਂ ਵਿੱਚ ਖਿਚੜੀ ਪੱਕਣ ਲੱਗੀ ਮੁਸ਼ਕੇ ਹੋਏ ਗੰਬਰੀਟ ਕੰਨਾਂ ਵੱਲੋਂ ਡੋਲ ਦੇ ਹਾਸਿਆਂ ਨੂੰ ਰੋਕ ਰੋਕ ਕੇ ਇੱਕ ਦੂਜੇ ਨੂੰ ਮਿਲਦਿਆਂ ਰਮਝਾਂ ਸੁੱਟਦੇ ਨਵੇਂ ਚੰਨ ਦੀ ਰਾਮਬਾਈ ਤੇ ਫਿਰ ਨਿੱਕੀ ਜਹੀ ਕੁਸਰਮੁਸਰ ਕਰਕੇ ਸਿਰ ਮਾਰਦੇ ਤੁਰ ਜਾਂਦੇ ਪੱਕੇ ਹੋਏ ਬੀਬੜ ਕਹਿੰਦੇ ਓਏ ਆਪਾਂ ਨੇ ਰੋਲਾ ਕਾ ਨੂੰ ਪਾਉਣਾ ਹੈ ਭੇਲੀ ਫੁੱਟੂ ਦਾ ਗੁੜ ਦੀ ਰੋੜੀ ਸਾਨੂੰ ਵੀ ਮਿਲੂ ਬੁੱਢੇ ਠੇਰੇ ਇੱਕ ਦੂਜੇ ਤੋਂ ਸੁਣ ਕੇ ਹੌਂਕਾ ਭੜਦੇ ਕੱਲ ਜੋ ਆ ਗਿਆ ਕਲਯੁਗ ਅਸੀਂ 20-20 ਸਾਲ ਦੇ ਕੁੜੀਆਂ ਮੁੰਡੇ ਨੰਗੇ ਹੀ ਖੇਡਦੇ ਰਹਿੰਦੇ ਸੀ ਰਲ ਕੇ ਕੋਈ ਜਾਣਦਾ ਵੀ ਨਹੀਂ ਸੀ ਹੁੰਦਾ ਇਹ ਗੱਲਾਂ ਤੇ ਬੁੱਢੀਆਂ ਮਾਈਆਂ ਸਿਰ ਜੋੜ ਜੋੜ ਕੇ ਬੋਰਾ ਜਿਹਾ ਮੂੰਹ ਬਣਾ ਕੇ ਹੱਥ ਫਟਕਾਰਦੀਆਂ ਕੂਰਕੂਰ ਕਰਦੀਆਂ ਨਾ ਭਾਈ ਖਲਾਉਣ ਦਾ ਲਾੜ ਪਨਾਉਣ ਦਾ ਲਾੜ ਇਹੋ ਜੀ ਧੀ ਤਾਂ ਜੰਮ ਦੀ ਦਾਹੀ ਗਲ ਘੁੱਟ ਦੇਵੇ ਐ ਨਤੀਜੇ ਨੇ ਦੋ ਦੋ ਗੁੱਤਾਂ ਦੇ ਹੋਰ ਪੜਾਉਣ ਦਸਮੀਆਂ ਅਜੇ ਤਾਂ ਭਈਆ ਪਾਸ ਕਰਾਉਣੇ ਭਾਵੇਂ ਇਹ ਗੱਲਾਂ ਕਰਦਿਆਂ ਲੋਕੀ ਆਪੋ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੋਰ ਬਣਾਉਂਦੇ ਸਨ ਪਰ ਇੱਕ ਗੱਲ ਉੱਤੇ ਆਪਣੇ ਆਪ ਹੀ ਉਹ ਸਾਰੇ ਇੱਕ ਸਨ ਕਿ ਪਿੰਡ ਵਿੱਚ ਇੱਕ ਦੀ ਇੱਜ਼ਤ ਸਾਰਿਆਂ ਦੀ ਇੱਜ਼ਤ ਹੈ ਇਸ ਲਈ ਹਰ ਕੋਈ ਗੱਲ ਨੂੰ ਸਿਰਫ ਆਪਣੇ ਕੋਲ ਹੀ ਰੱਖਣ ਲਈ ਹਰ ਕਿਸੇ ਨੂੰ ਜੋੜ ਦੇ ਕੇ ਆਪਣਾ ਆਪਣਾ ਫਰਜ਼ ਸਮਝਦਾ ਸੀ ਤਾਂ ਵੀ ਰੂ ਬਾਂਗ ਪੋਲੇ-ਪੋਲੇ ਪੈਰ ਧਰ ਦੀ ਇਹ ਗੱਲ ਕਿਸੇ ਤਰ੍ਹਾਂ ਨੰਦੀ ਸਮਰਾਲੋ ਤੱਕ ਜਾ ਪਹੁੰਚੀ ਨੰਦੀ ਸਮਰਾਲੋ ਜਹਲਦਾਰ ਦੀ ਸ਼ਰੀਕਣੀ ਸੀ ਜੋ ਪਹਿਲਾਂ ਕਿਸੇ ਹੋਰ ਥਾਂ ਵਿਆਹੀ ਹੋਈ ਸੀ ਪਰ ਕਿਸੇ ਗੱਲੋਂ ਛੁੱਟੜ ਹੋ ਕੇ 12 ਬਰਿਆਂ ਵੇਖ ਕਹਿੰਦੇ ਘਰ ਬੈਠਣ ਮਗਰੋਂ ਅਖੀਰ ਬੁੱਢੇ ਪੈਨਸ਼ਨੀਏ ਜੇਲਦਾਰ ਦੇ ਚਾਚੇ ਦੇ ਪੁੱਤ ਚੇਤ ਸਿੰਘ ਜਮਾਂਦਾਰ ਨਾਲ ਗਰੀਵਾ ਕਰਕੇ ਆ ਗਈ ਸੀ ਹੁਣ ਤਾਂ ਆਈ ਨੂੰ ਵੀ 20 ਬਰੇ ਹੋ ਚੁਕੇ ਸਨ ਪਰ ਅਜੇ ਵੀ ਸ਼ਰੀਕੇ ਵਾਲੇ ਜਮਾਂਦਾਰ ਦੇ ਘਰ ਨੰਦੀ ਦੇ ਆਉਣ ਨਾਲ ਨੰਦੀ ਨੂੰ ਆਪਣੇ ਵਰਗਾ ਉੱਚਾ ਹੋਇਆ ਸਮਝਣ ਦੀ ਥਾਂ ਉਹ ਜਮਾਂਦਾਰ ਨੂੰ ਹੀ ਨੰਦੀ ਵਰਗਾ ਨੀਮਾ ਹੋਇਆ ਗਿਣਦੇ ਸਨ ਖਬਰੇ ਕਿੱਥੋਂ ਕਿੱਥੋਂ ਉੱਦਲ ਕੇ ਆਈ ਐ ਚੂੜੀ ਐ ਕਿ ਚਮਾਰੀ ਕੋਈ ਸਿਰਿਆਂ ਦੀ ਬੰਨਤਾ ਨਹੀਂ ਬੀਬਰਿਆਂ ਦੀ ਖੁਆਰੀ ਤੇ ਬੀਬਰਿਆਂ ਦੀ ਚੋਬਾਂ ਨਾਲ ਨੰਦੀ ਦਾ ਦਿਲ ਅੰਬਿਆ ਪਿਆ ਸੀ ਜਦ ਕਦੇ ਕੋਈ ਛੇੜ ਛੇੜ ਜਾਂਦਾ ਤੇ ਨੰਦੀ ਦਿਲ ਦਾ ਗੁਵਾਰ ਕੱਢਣ ਲਈ ਬਾਹਾਂ ਉਲਾਰ-ਉਲਾਰ ਜਿੰਗਾਂ ਛੇੜਨ ਵਾਲਿਆਂ ਦਾ ਅੱਗਾ ਪਿੱਛਾ ਪੁੰਨਦੀ ਤਾਂ ਸਾਰਾ ਸ਼ਰੀਕ थरथਰ ਕੰਬਣ ਲੱਗ ਜਾਂਦਾ ਪਰ ਮੇਂ ਸ਼੍ਰੀਕਣੀਆਂ ਨੇ ਪੰਡ-ਪੰਡ ਉਹਨੂੰ ਛੱਟੀ ਹੋਈ ਤੁਮਾ ਛੱਡਿਆ ਸੀ ਪਰ ਨੰਦੀ ਐਨੀ ਬੁਰੀ ਨਹੀਂ ਸੀ ਜਿੰਨੀ ਉਹਨੂੰ ਬਣਾਇਆ ਗਿਆ ਸੀ ਅਤੇ ਇਸ ਕੰਮ ਵਿੱਚ ਜੈਲਦਾਰਾਂ ਦਾ ਘਰ ਸਾਰੇ ਸ਼ਰੀਕੇ ਨਾਲੋਂ ਅੱਗੇ ਸੀ ਇੱਕ ਵਾਰ ਤਾਂ ਨੰਦੀ ਨੂੰ ਜਾਪਿਆ ਜਿਵੇਂ ਉਹ ਜਿਵੇਂ ਉਹਦੇ ਹੱਥ ਕੋਈ ਚੰਗਾ ਹਥਿਆਰ ਆ ਗਿਆ ਹੈ ਜਿਸ ਨਾਲ ਉਹ بڑے ਨੱਕ ਵਾਲਿਆਂ ਦਾ ਹੁਣ ਨੱਕ ਭਨ ਸਕੇਗੀ ਪਰ ਫਿਰ ਉਹਨੇ ਸੋਚਿਆ ਹੱਥ ਵਿੱਚ ਮਸੀ ਆਏ ਹਥਿਆਰ ਨੂੰ ਐਵੇਂ ਤਤਪੜਤ ਵਿੱਚ ਵਰਤ ਕੇ ਹੀ ਕੁੰਡਾ ਨਹੀਂ ਕਰ ਲੈਣਾ ਚਾਹੀਦਾ ਤੇਲ ਦੇਖੋ ਤੇਲ ਦੀ ਧਾਰ ਦੇਖੋ ਅਗਲੇ ਦਿਨ ਉਹ ਕੋਈ ਸੌਦਾ ਲੈਣ ਦੇ ਬਹਾਨੇ ਬਿਰਜੂ ਬਾਮਣ ਦੀ ਹੱਟੀ ਉੱਤੇ ਆਈ ਵਿਰਜੂ ਬ੍ਰਾਹਮਣ ਜਮਾਦਾਰ ਚੇਤ ਸਿੰਘ ਦਾ ਹੀ ਨਹੀਂ ਸੀ ਨੰਦੀ ਸਮਰਾਓ ਦਾ ਵੀ ਮਲਾਜੇਦਾਰ ਸੀ ਤਖਤੇ ਦੇ ਉੱਲੇ ਖੜੋ ਕੇ ਉਹ ਕਿੰਨਾ ਕਿੰਨਾ ਚਿਰ ਗੱਲਾਂ ਕਰ ਲੈਂਦੇ ਸਨ ਵਿਰਜੂ ਬ੍ਰਾਹਮਣ ਜਿੱਥੇ ਮਹਾਵੀਰ ਨੂੰ ਪੂਜਦਾ ਅਤੇ ਗੀਤਾ ਗਾਇਤਰੀ ਦਾ ਪਾਠ ਕਰਦਾ ਸੀ ਉੱਥੇ ਵਾਰਿ ਸ਼ਾਹੀ ਹੀਰ ਅਤੇ ਆਸ਼ਕਾਂ ਦੇ ਹੋਰ ਕਿਸੇ ਵੀ ਬੜੀ ਲਟਕ ਨਾਲ ਗੋਂਦਾ ਸੀ ਨੰਦੋ ਦੀ ਗੱਲ ਸੁਣੀ ਤਾਂ ਸੰਗਣੀਆਂ ਸਲੇਟੀ ਮੋਛਾਂ ਵਿੱਚ ਮੁਸਕਰਾ ਕੇ ਬੜੇ ਪ੍ਰੇਮ ਨਾਲ ਬੋਲਿਆ ਦੇਖ ਅਨੰਦ ਕੁਰੇ ਕਚੀਰਾ ਨਾ ਕਰੀ ਤੀ ਪੈਣ ਸਭ ਦੀ ਸਾਂਝੀ ਦੁਨੀਆ ਹੀ ਮੁਲਾਜੇ ਪੂਰਦੀ ਐ ਨਾ ਕੀ ਹੋਇਆ ਜੇ ਐਵੇਂ ਕਿਤੇ ਨਿਆਣੇ ਹੱਸ ਕੇ ਬੋਲ ਪਏ ਇੱਕ ਵਾਰੀ ਤਾਂ ਦਾਦੀ ਦਾ ਚੁੰਡਾ ਹਿਲਾਉਣ ਕੇ ਛੱਡਣਾ ਨੰਦੋ ਗੂਠਾ ਦਿਖਾਉਂਦੀ ਮੁੱਕੀ ਨੂੰ ਹਵਾ ਵਿੱਚ ਹਲਾਉਂਦੀ ਬੋਲੀ ਬਣੀ ਫਿਰਦੀ ਏ ਰਕਾਨਦਾਨੀ ਦਵਾਰਕ ਲੋਕਾਂ ਦੀਆਂ ਗੱਲਾਂ ਬਣਾਉਂਦੀ ਏ ਜਣੀ ਖਣੀ ਨੂੰ ਬੁੱਲ ਕੱਢਦੀ ਏ ਨੱਕ ਹੇਟ ਹੀ ਨਹੀਂ ਆਉਂਦਾ ਕੋਈ ਹੁਣ ਫੇਰੇ ਤਾਂ ਆਪਣੇ ਮੰਜੇ ਹੇਟ ਸੋਟੀ ਨੰਦੋ ਜੈਲਦਰ ਦੇ ਘਰ ਵਾਲੀ ਆਪਣੇ ਸ਼ਰੀਕਣੀ ਹਰਕੌਰ ਬੇਬੇ ਉੱਤੇ ਕੁਰੀ ਹੋਈ ਸੀ ਨਾਂ ਵਈ ਸਰਦਾਰਨੀ ਤੱਤਾਨਾ ਕਰਬੋਤਾ ਦੇਖ ਸਿਆਣੇ ਕੀ ਕਹਿੰਦੇ ਨੇ ਅਖੇ ਬਾਰੇ ਸ਼ਾ ਨਾ ਭੇਤ ਸੰਦੂਖ ਖੱਲੇ ਭਾਵੇਂ ਜਾਨ ਦਾ ਜਿੰਦਰਾ ਟੁੱਟ ਜਾਏ ਬਸ ਐਨੀ ਅਰਜੀ ਐ ਸਾਡੀ ਮਿਰਜੂ ਬਾਮਣ ਵਿੱਚ ਵੱਸਦਾ ਆਸ਼ਕ ਮਿੰਤ ਦਰ ਹੋ ਕੇ ਬੋਲਿਆ ਤੇਰੀ ਤਾਂ ਨਿਤ ਕੋਈ ਨਾ ਕੋਈ ਅਰਜ਼ ਰਹਿੰਦੀ ਐ ਕਿਹੜੀ ਕਿਹੜੀ ਮੰਨਾ ਹੁਣ ਤਾਂ ਐਨੀਓ ਮੰਨ ਲੈ ਨੰਦ ਕੁਰੇ ਕੁੜੀ ਦੀ ਬਦਨਾਮੀ ਹੋ ਜੂ ਇੱਕ ਵਾਰੀ ਹਰਕੌਰ ਨਾਲ ਗੱਲਾਂ ਦੋ ਜਰੂਰ ਕਰਨੀਆਂ ਉਹਦੇ ਨਾਲ ਜਿੱਕਣ ਮਰਜੀ ਆੜ ਰੱਖ ਪਰ ਗਾਹਾਂ ਬਾਜ ਨਾ ਕੱਢੀ ਚੱਲ ਨਹੀਂ ਕੱਢਦੀ ਨੰਦੀ ਅੱਦੇ ਕੋ ਦਿਲ ਨਾਲ ਬੋਲੀ ਤੈਨਾਂ ਵੀ ਤੇਰੇ ਮੂੰਹ ਨੂੰ ਐ ਪਰ ਕਹਿੰਦੀਆਂ ਚਲੀ ਗਈ ਨੰਦੋ ਸਮਰਾਲਾ ਨੂੰ ਲਲਕ ਤਾਂ ਕਈ ਵਾਰ ਉੱਠੀ ਕਿ ਖਸਮਾਂ ਨੂੰ ਖਾਵੇ ਬਿਰਜੂ ਬ્રાਹਮਣ ਐਨ ਚਰਾਹੇ ਵਿੱਚ ਭਾਂਡਾ ਪੰਨ ਕੇ ਇੱਕ ਬਾਰੀ ਤਾਂ ਜੈਲਦਾਰੀ ਦਾ ਭਾਰ ਹਲਕਾ ਕਰ ਦੇਵਾ ਪਰ ਫਿਰ ਉਹਦਾ ਅੰਦਰਲਾ ਹੀ ਉਹਨੂੰ ਕਿਵੇਂ ਨਾ ਕਿਵੇਂ ਮੋੜ ਦਿੰਦਾ ਕਾ ਨੂੰ ਅੱਗ ਮਾਰਨੈ ਸਿਆਣੀਤੀ ਦਾ ਪਰ ਨੰਦੀ ਆਪਣੀ ਜਠਾਣੀ ਹਰਕੋਰ ਜੈਲਦਾਰਨੀ ਨਾਲ ਦੋ ਗੱਲਾਂ ਜ਼ਰੂਰ ਕਰਨੀਆਂ ਚਾਹੁੰਦੀ ਸੀ ਸੋ ਇੱਕ ਦਿਨ ਕ ਗਰਾ ਪਾ ਕੇ ਉਹ ਜੈਲਦਾਰਨੀ ਬਲ ਚਾਲੀ ਹੀ ਗਈ ਪੈਰੀ ਪੈਨੀ ਬੇਬੇ ਸਾਈ ਜੀਬੇ ਵੀਰ ਜੀਬੇ ਦੇਨ ਰੋਈ ਬੁੱਢ ਸੁਹਾਗਣ ਹਰਕੋਰ ਨੇ ਬੋਲਾਂ ਵਿੱਚ ਅਸੀਸ ਬੜੋ ਬੜਾਈ ਪੀੜੀ ਲੈ ਲੈ ਆਨੰਦਕੌਰੇ ਪੀੜੀ ਉੱਤੇ ਬੈੰਦੇ ਆਲਾ ਦਵਾਲਾ ਦੇਖ ਕੇ ਆਨੰਦਕੌਰ ਹੋਲੀ ਬਾਜ ਵਿੱਚ ਬੋਲੀ ਇੱਕ ਗੱਲ ਕਰਨ ਆਈਆਂ ਮੈਂ ਤਾਂ ਤੈਨਿ ਕੁਛ ਸੁਣਿਆ ਬੇਬੇ ਨਾ ਬਹੂ ਹਰ ਕੋ ਬੇਬੀ ਦੀਆਂ ਅੱਖਾਂ ਡੀਆਂ ਆਏ ਗਈਆਂ ਦੇਖ ਬੇਬੇ ਗੁੱਸਾ ਦਾ ਨਾ ਕਰੀ ਇਹ ਦੁੱਖ ਮੰਨੀ ਦੇ ਤਾਂ ਹੀ ਆ ਨਿਕਲਦੀ ਐ ਆਪਾ ਭਾਵੇਂ ਕਿਵੇਂ ਰਹੀਏ ਪਰਤੀ ਜਹੀ ਤੇਰੀ ਤੇਹੀ ਮੇਰੀ ਹਰ ਕੋਟ ਦਾ ਕਾਲਜਾ ਤੱਕ ਤੱਕ ਕਰਨ ਲੱਗਾ ਲੈ ਕੇ ਤੇ ਦੋ ਤਾਨੀ ਕੰਬੜੀਏ ਉਹਨੇ ਖੁਸ਼ ਖੁੰਦੇ ਸੰਗ ਵਿੱਚੋਂ ਮਸੀ ਆਖਿਆ ਨੰਦੀ ਭਾਵੇਂ ਇਸ ਗੱਲ ਲਈ ਤਿਆਰ ਹੋ ਕੇ ਵੀ ਆਈ ਸੀ ਕਿ ਜੇ ਸੁਣ ਕੇ ਜੇਲਦਾਰ ਨਹੀਂ ਉਲਟਾ ਅੱਗੋਂ ਸਿਰ ਨੂੰ ਆਈ ਤਾਂ ਅੱਜ ਉਹ ਵੀ ਚੰਗੀ ਤਰ੍ਹਾਂ ਉਹਦੀ ਸ਼ੀਤ ਸ਼ਾਰਕੇ ਹੀ ਛੱਡੇਗੀ ਪਰ ਤਾਂ ਵੀ ਉਹਨੇ ਹੌਲੀ-ਹੌਲੀ ਬੋਲ ਕੇ ਆਪਣਾ ਤਪਰੇ ਢੰਗ ਨਾਲ ਭੇਤ ਵਾਲੀ ਸਾਰੀ ਗੱਲ ਜਿਵੇਂ ਉਹਨੇ ਸੁਣੀ ਸੀ ਸਾਰੀ ਉਹਨੂੰ ਕਹਿ ਸੁਣਾਈ ਹਰਕੁਰ ਬੇਬੇ ਨੇ ਸੁਣਦਿਆਂ ਹੀ ਸਿਰ ਦਾ ਟਪਟਾ ਲਾ ਕੇ ਨੰਦਕੁਰ ਦੇ ਪੈਰਾਂ ਵਿੱਚ ਰੱਖ ਦਿੱਤਾ ਮੇਰੀ ਇੱਜ਼ਤ ਤੇਰੇ ਪੈਰਾਂ ਵਿੱਚ ਹੈ ਦੇਖੀ ਨੰਦਕੁਰੇ ਪਿੰਡ ਵਿੱਚ ਕੂਰਕੂਰ ਨਾ ਹੋ ਜਾਵੇ ਨੰਦੀ ਸਮਰਾਲੋ ਦੀਆਂ ਅੱਖਾਂ ਪਰ ਆਈਆਂ ਉਹ ਥੜਕੀ ਆਵਾਜ਼ ਵਿੱਚ ਬੋਲੀ ਮੇਰੇ ਸਿਰ ਪਾਪ ਨਾ ਜੜਾ ਬੇਬੇ ਮੈਂ ਕਾਹਨੂੰ ਕਹਿਣਾ ਕਿਸੇ ਕੋਲ ਮੇਰਾ ਘਰ ਤੇਰੇ ਨਾਲ ਨਹੀਂ ਮੱਚੂ ਇੱਕ ਤੇਰੇ ਤਾਂ ਹੀ ਚੱਲ ਕੇ ਜਰੂਰ ਆ ਗਈ ਮੇਰੇ ਕੋਲ ਚੱਲ ਕੇ ਤੂੰ ਜਮ ਜਮ ਆ ਆ ਤੇਰੇ ਸਾਹਮਣੇ ਮੇਰਾ ਢੋਲਾ ਝਾਟਾ ਮਨੋਖਾਂ ਦੇ ਕੰਨੀ ਗੱਲਾਂ ਨਾ ਚੜੇ ਤੂੰ ਅੰਦਰ ਵੜ ਕੇ ਮੇਰੇ ਭਾਵੇਂ ਸੌ ਛੇਤਰ ਮਾਰ ਲੈ ਐਨਾ ਕੋ ਬੇਬੇ ਐਨਾ ਕੋ ਮੈਂ ਤਾਂ ساری ਉਮਰ ਸੇਖਾਂ ਉੱਤੇ ਪੁੱਜੀਦੀ ਰਹੀਆਂ ਮੇਰਾ ਦਿਲ ਜਾਣਦੇ ਕਿੰਨਾ ਸਾਲ ਹੁੰਦੇ ਬਦਨਾਮੀ ਦੇ ਜਉਣ ਦਾ ਨੰਦ ਕੋਰੇ ਤੂੰ ਬੜੀ ਮੈਂ ਛੋਟੀ ਹਰ ਕੋੜ ਦੇ ਬੁੱਲ ਕੰਬਣ ਲੱਗੇ ਮਹਾ ਮੋਠਾਂ ਚ ਕੋਣ ਬੜਾ ਛੋਟਾ ਬੇਬੇ ਨੰਦ ਕੋਰੇ ਅਸੀਂ ਤੇਰੇ ਨਾਲ ਬੜੀਆਂ ਕੀਤੀਆਂ ਹਰ ਕੋੜ ਵਰਗਾ ਨਿਮਾਣਾ ਅੱਜ ਕੋਈ ਨਹੀਂ ਸੀ ਤੂੰ ਮੇਰਾ ਵਿਸਾਹ ਕਰ ਬੇਬੇ ਤੂੰ ਮੈਨੂੰ ਆਪਣੀ ਜਾਨ ਬੱਸ ਤੂੰ ਮੈਨੂੰ ਆਪਣੀ ਜਾਨ ਪਰੇ ਗਲੇ ਨਾਲ ਕਹਿੰਦਿਆਂ ਨੰਦੀ ਮੂੰਹ ਤੇ ਬਗਤੁਰੀਆਂ ਪਾਣੀ ਦੀਆਂ ਕਰਾਲਾ ਪੁੰਜਣ ਲੱਗੀ ਲੱਖ ਰੰਝੀਆਂ ਦੇ ਹੁੰਦਿਆਂ ਵੀ ਆਪਣਾਏ ਜਾਣ ਲਈ ਤਰਸਦੀ ਨੰਦੋਂ ਨੇ ਕਦੇ ਬਿਸਾਕਾਤ ਨਾ ਕੀਤਾ ਵਿਚੋਂ ਵਿਚੋਂ ਸੁਰਗ ਦੀ ਗੱਲ ਭਾਵੇਂ ਸਾਰੇ ਪਿੰਡ ਵਿੱਚ ਫੈਲ ਚੁੱਕੀ ਸੀ ਪਰ ਅਸ਼ਕੇ ਪਿੰਡ ਦੇ ਜੋ ਕਿਸੇ ਨੇ ਵੀ ਤਖਦੀ ਨੂੰ ਹਵਾ ਦੇਣ ਦਾ ਯਤਨ ਕੀਤਾ ਹੋਵੇ ਹਰ ਕਿਸੇ ਨੇ ਬਾ ਲੱਗਦੀ ਏਪੇਤ ਆਪਣੇ ਕੋਲ ਸੰਭਿਆ ਹੋਇਆ ਸੀ